4 ਮਹੀਨੇ ਹੋ ਗਏ 3-4 ਮਹੀਨੇ ਗਲੀ ਠੇਕੇਦਾਰ ਪਟ ਗਿਆ ਇਹ ਦੇਖ ਲੋ ਤੁਹਾਡੇ ਸਾਹਮਣੇ ਹਾਲ ਹੈ ਇਹ ਮੱਛਰ ਮੱਖੀ ਗੁਰਦੁਆਰਾ ਸਾਹਿਬ ਵਿੱਚ ਪਾਣੀ ਵੜ ਰਿਹਾ ਕੀ ਘਰ ਤੋਂ ਕੱਢਣੀ ਔਕੀ ਹੋਈ ਪਈ ਐ 3-4 ਮਹੀਨੇ ਤੋਂ ਜਿੰਨੇ ਜਿਆਦਾ ਬਰੀ ਜਾਨ ਐ ਕਮੇਟੀ ਦਫ਼ਤਰ ਗੀੜੇ ਮਾਰ ਮਾਰ ਕੇ ਅਸੀਂ ਤੱਕ ਲਈ ਐਮਸੀਪੋਰ ਜਾ ਕੇ ਅਸੀਂ ਤੱਕ ਲਈ ਐਮਸੀ ਕਮੇਟੀ ਦਫ਼ਤਰ ਭੇਜ ਦਿੰਦਾ ਯੋ ਕਹਿ ਦਿੰਦਾ ਵੀ ਮੈਂ ਠੇਕੇਦਾਰ ਨੂੰ ਫੋਨ ਕਰਦਾ ਨਾ ਇੱਥੇ ਮੁੜ ਕੇ ਠੇਕੇਦਾਰ ਆਇਆ ਦੇਖੋ ਸਾਹਮਣੇ ਮਕਾਨ ਚ ਤਰੀੜਾ ਪੈ ਗਈ ਗੁਰੂ ਘਰ ਦੀ ਬੇਸਮੈਂਟ ਚ ਦੇਖੋ ਪਾਣੀ ਜਾ ਰਿਹਾ ਈ ਇੱਧੇ ਪਿੰਡ ਦੀ ਗਲੀ ਪੱਟੀ ਹੋਈ ਆ ਸਿਰਫ ਪਰਲੇ ਪਾਸੇ ਨਹੀਂ ਪੱਟੀ ਹੋਈ ਇੱਧਰ ਨੂੰ ਤੰਗ ਕੀਤਾ ਹੋਇਆ ਸਾਨੂੰ ਅਸੀਂ ਉੱਧਰ ਵੀ ਜਾ ਜਾ ਕੇ ਵੋਟਾਂ ਗਲਤ ਪਾ ਦਿਆਂਗੇ ਤੋਂ ਵਾਅਦਾ ਹੈ ਅਸੀਂ ਉੱਥੇ ਰੋਡ ਜਾਮ ਕਰ ਦੇਣਾ ਆਪੇ ਆਣ ਕੇ ਪੁਲਿਸ ਵਾਲੇ ਖਲਵਾਣ ਜੋ ਮਰਜ਼ੀ ਕਰਨ ਹੁਣ ਅਸੀਂ ਤੰਗ ਹੋਏ ਜਿੱਦਾਂ ਸਾਨੂੰ ਤੰਗ ਕਰ ਰਹੇ ਅਸੀਂ ਲੋਕਾਂ ਨੂੰ ਤੰਗ ਕਰਾਂਗੇ ਫਿਰ ਪ੍ਰਧਾਨ ਸਾਡੇ ਨਾਲ ਬੜੀ ਗੰਦੀ ਰਾਜਨੀਤੀ ਕਰ ਰਿਹਾ ਹੈ ਸਾਡੇ ਵਾਰਡ ਦਾ ਕੰਮ ਨਹੀਂ ਹੁਣ ਦੇ ਰਿਹਾ ਜਾਣ ਪੁੱਜ ਕੇ 2 ਮਹੀਨੇ ਤੋਂ ਸਾਡੇ ਉੱਥੇ ਪੈਪ ਪਟ ਕੇ ਛੱਡੇ ਹੋਏ ਨੇ ਈਓ ਨੂੰ ਫੋਨ ਕਰਦਾ ਉਹ ਕਹਿੰਦਾ ਮੈਂ ਕਰ ਰਿਹਾ ਜੀ ਕਰ ਰਿਹਾ ਜੀ ਕਰ ਰਿਹਾ ਅਜੇ ਵੀ ਕੁਝ ਨਹੀਂ ਹੋਇਆ ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਐਚਐਨਬੀ ਨਿਊਜ਼ ਚੈਨਲ ਮੁਹਾਲੀ ਜ਼ਿਲ੍ਹੇ ਦੇ ਕਸਬਾ ਨਵਾ ਗਰਾਉਂਦੀ ਜੇ ਗੱਲ ਕਰੀਏ ਤਾਂ ਮੁਸ਼ਕਲਾਂ ਦੇ ਨਾਲ ਲਗਾਤਾਰ ਕਿਰਿਆ ਰਹਿੰਦਾ ਹੈ ਪਾਵੇਂ ਕੀ ਨਗਰ ਕਾਉਂਸਲ ਦੇ ਵਿੱਚ ਵੀ ਇਸ ਨੂੰ ਪਾ ਦਿੱਤਾ ਪਰ ਉਸ ਤੋਂ ਬਾਅਦ ਗਲੀਆਂ ਨਾਲੀਆਂ ਦੇ ਮਸਲੇ ਤੱਕ ਹੱਲ ਨਹੀਂ ਹੋ ਰਹੇ ਬਾਕੀ ਹੋਰ ਤਾਂ ਕੀ ਇੱਥੇ ਦਾ ਵਿਕਾਸ ਹੋਣਾ ਹੈ ਤਾਂ ਹੁਣ ਅਕਾਲੀ ਦਲ ਦੀ ਕਮੇਟੀ ਜਿਹੜੀ ਨਗਰ ਕੌਂਸਲ ਦੀ ਬਣੀ ਹੈ ਪਰ ਉਸ ਤੋਂ ਬਾਅਦ ਲਗਾਤਾਰ ਲੋਕਾਂ ਦੀਆਂ ਫਿਰ ਸ਼ਿਕਾਇਤਾਂ ਆ ਰਹੀਆਂ ਨੇ ਕਿ ਸਾਡੀਆਂ ਗਲੀਆਂ ਨਾਲੀਆਂ ਦਾ ਕੰਮ ਮੁਕੰਮਲ ਨਹੀਂ ਹੋ ਰਿਹਾ ਤੇ ਗੱਲਬਾਤ ਕਰਦੇ ਆਂ ਕਰੋੜ ਪਿੰਡ ਦੇ ਜਿਹੜੇ ਵਸਨੀਕ ਨੇ ਇਕੱਠੇ ਹੋਏ ਨੇ ਰੋਸ ਹੈ ਕਿ ਸਾਡੀ ਜਿਹੜੀ ਇੱਕ ਮੇਨ ਗਲੀ ਆ ਉਹ ਨਹੀਂ ਬਣ ਰਹੀ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਦੇ ਆਂ ਭਾਈ ਜੀ ਕੀ ਸੀ ਮਾਮਲਾ ਕਿ ਜਿਹੜੀ ਗਲੀ ਦੇ ਵਿੱਚ ਤੁਸੀਂ ਇਕੱਠੇ ਹੋਏ ਵੀਰੇ 4 ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਗਲੀ ਠੇਕੇਦਾਰ ਪਟ ਗਿਆ ਇਹ ਦੇਖ ਲਓ ਤੁਹਾਡੇ ਸਾਹਮਣੇ ਹਾਲ ਆ ਇਹ ਮੱਛਰ ਮੱਖੀ ਗੁਰਦੁਆਰਾ ਸਾਹਿਬ ਵਿੱਚ ਪਾਣੀ ਵੜ ਰਿਹਾ ਲੋਕਾਂ ਦਾ ਮਕਾਨ ਤਰੇੜਾਂ ਪੈ ਗਈਆਂ ਗੱਡੀ ਘਰ ਤੋਂ ਕੱਢਣੀ ਔਖੀ ਹੋਈ ਪਈ ਐ ਤਿੰਨ ਚਾਰ ਮਹੀਨੇ ਤੋਂ ਅਸੀਂ ਇੰਨੇ ਜਿਆਦਾ ਪਰੇਸ਼ਾਨ ਆ ਕਮੇਟੀ ਦਫ਼ਤਰ ਗੀੜੇ ਮਾਰ ਮਾਰ ਕੇ ਅਸੀਂ ਤੱਕਲੇ ਐਮਸੀਆਂ ਕੋਲ ਜਾ ਕੇ ਅਸੀਂ ਤੱਕਲੇ ਕੋਈ ਕਹਿੰਦਾ ਵੀ ਇਹ ਸਿਆਸਤ ਕੀ ਭੇਡ ਜਾ ਰਿਹਾ ਕੋਈ ਕਹਿੰਦਾ ਕੁਸ ਪਰ ਨਰਕ ਦੇ ਵਿੱਚ ਅਸੀਂ ਜੂ ਰਹੇ ਹਾਂ ਇੱਥੋਂ ਦੇ ਜਿਹੜਾ ਐਮਸੀ ਆ ਉਹਨੇ ਜਣ ਗੱਲਬਾਤ ਕੀਤੀ ਜੀ ਐਮਸੀ ਕੋਲ 10 ਦਫਾ ਜਾਇਆ ਏ ਐਮਸੀ ਕਮੇਟੀ ਦਫਤਰ ਭੇਜ ਦਿੰਦਾ ਆਪੇ ਗਿਆ ਸਾਡੇ ਨਾਲ 4 ਦਫਾ ਇਹੋ ਕਹਿੰਦਾ ਵੀ ਮੈਂ ਠੇਕੇਦਾਰ ਨੂੰ ਫੋਨ ਕਰਦਾ ਨਾ ਇੱਥੇ ਮੁੜ ਕੇ ਠੇਕੇਦਾਰ ਆਇਆ ਠੇਕੇਦਾਰ ਪਹਿਲਾਂ 15 ਦਿਨ ਲਾਰੇ ਲਾਉਂਦਾ ਰਿਹਾ ਵੀ ਪੈ ਪਾ ਜਾ ਰਹੇ ਕੱਲਾ ਰਹੇ ਹੁਣ ਠੇਕੇਦਾਰ ਕਹਿੰਦਾ ਮੇਰਾ ਪੇਮੈਂਟ ਫਸੀ ਪਈ ਹੈ ਕਮੇਟੀ ਵਾਲਿਆਂ ਕੋਲ ਪੇਮੈਂਟ ਮੇਰੀ ਮਿਲ ਨਹੀਂ ਰਹੀ ਮੈਂ ਕੰਮ ਨਹੀਂ ਲਾ ਸਕਦਾ ਇਹ ਪਾਸ ਹੋਈ ਵੀ ਹੈ ਬਣਨ ਵਾਸਤੇ ਪਾਸ ਪਿਛਲੀ ਕਮੇਟੀ ਨੇ ਪਾਸ ਪਰਿਕਰੀ ਵੀ ਆਈ ਮੁਰਕੇ ਠੇਕੇਦਾਰ ਨੂੰ 3 ਮਹੀਨੇ ਤੋਂ ਪੱਟ ਕੇ ਮੁਰਕੇ ਆਇਆ ਹੀ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਉਸ ਤੋਂ ਬਾਅਦ ਕਰਦੇ ਜਿਹੜੀ ਨਗਰ ਕੌਂਸਲ ਦੇ ਪ੍ਰਧਾਨ ਬਣੇ ਉਹਨਾਂ ਨਾਲ ਨਹੀਂ ਗੱਲਬਾਤ ਅਸੀਂ ਕਮੇਟੀ ਦਫ਼ਤਰੇ ਗਏ ਆ ਅਸੀਂ ਪ੍ਰਧਾਨ ਨਾਲ ਕੋਈ ਗੱਲ ਨਹੀਂ ਕਰੀ ਅਸੀਂ ਕਮੇਟੀ ਦਫ਼ਤਰ ਯੂ ਕਾਲੇ ਜਾ ਕੇ ਬਾਰ-ਬਾਰ ਮੰਗਾਂ ਰੱਖਦੇ ਰਹੇ ਵੀ ਸਾਡੀ ਗਲੀ ਜੇ ਨਹੀਂ ਹੋ ਬਣਾਣੀ ਇਹ ਬੰਦੇ ਕਰ ਦੋ ਗੱਡੀ ਦੇਖ ਲਓ ਪੈਂਚਰ ਹੋਏ ਪਏ ਆ 4 ਮਹੀਨੇ ਤੋਂ ਗੱਡੀਆਂ ਇਦਾਂ ਹੀ ਖੜੀਆਂ ਗੱਡੀ ਬਾਹਰ ਨਹੀਂ ਨਿਕਲ ਰਹੀ ਰਾਤ ਬਰਾਤ ਕਿਤੇ ਜਾਣਾ ਪੈ ਜੇ ਸਾਨੂੰ ਇੰਨੀ ਜ਼ਿਆਦਾ ਮੁਸ਼ਕਲ ਕਰੇ ਕਿਸੇ ਤੋਂ ਗੱਡੀ ਮੰਗ ਕਰੇ ਕਿਸੇ ਤੋਂ ਇੰਨੀ ਸਾਨੂੰ ਮੁਸ਼ਕਲ ਆਈ ਪਈ ਹੈ ਬੇਹਸਾਬ ਜ਼ਿਆਦਾ ਸਭ ਤੋਂ ਜ਼ਿਆਦਾ ਤੰਗ ਅਸੀਂ ਹੋਏ ਮੈਂ ਤੇ ਬਾਈ ਜੀ ਜਿਹੜੇ ਨੇੜੇ ਮਕਾਨ ਨੇ ਜਿਹੜੇ ਮਕਾਨ ਨੇ ਉਹਨਾਂ ਨੂੰ ਵੀ ਖਤਰਾ ਲੱਗਦਾ ਕਿਸੇ ਗੱਲ ਕਰ ਦੇਣਾ ਦੇਖੋ ਸਾਹਮਣੇ ਦੇਖੋ ਤਰੇੜਾਂ ਆਹ ਦੇਖੋ ਸਾਹਮਣੇ ਮਕਾਨ ਚ ਤਰੇੜਾਂ ਪੈ ਗਈਆਂ ਹੂੰ ਗੁਰੂ ਘਰ ਦੀ ਗੁਰੂ ਘਰ ਦੀ ਬੇਸਮਿੰਟ ਚ ਦੇਖੋ ਪਾਣੀ ਜਾ ਰਿਹਾ ਈ ਹੂੰ ਇਹ ਦੇਖੋ ਜੀ ਅੱਗੇ ਤੱਕ ਜਾ ਕੇ ਦੇਖੋ ਸਿਰਫ ਅੱਧੇ ਪਿੰਡ ਚ ਇਹ ਹਾਲ ਹੋਇਆ ਹੋਇਆ ਆ ਅੱਧੇ ਪਿੰਡ ਦੇ ਵਿੱਚ ਅੱਧੇ ਪਿੰਡ ਦੀ ਗਲੀ ਪੱਟੀ ਹੋਈ ਹੈ ਸ ਇੱਧਰ ਨੂੰ ਤੰਗ ਕੀਤਾ ਹੋਇਆ ਸਾਨੂੰ ਅਸੀਂ ਉੱਧਰ ਵੀ ਜਾ ਜਾ ਕੇ ਤੁਸੀਂ ਵੋਟਾਂ ਗਲਤ ਪਾਉਂਦੀਆਂ ਫਿਰ ਵੋਟਾਂ ਕਹਿੰਦੇ ਪਤਾ ਨਹੀਂ ਵੋਟਾਂ ਗਲਤ ਪੈ ਗਈਆਂ ਪਤਾ ਨਹੀਂ ਹੁਣ ਕੀ ਹੋ ਗਿਆ ਹੁਣ ਤੇ ਨਾਲ ਰੰਜਸ਼ਵਾਜੀ ਚੱਲ ਰਹੀ ਹੈ ਇਹ ਹੁਣ ਪਤਾ ਨਹੀਂ ਰੰਜਸ਼ ਚੱਲ ਰਹੀ ਜੋ ਕੀ ਹੋ ਰਿਹਾ ਹੈ ਤੁਹਾਡੇ ਸਾਹਮਣੇ ਹੈ ਦੇਖੋ ਇਹ ਕੀ ਹਾਲ ਹੈ ਜਿਹੜਾ ਇਹ ਥੋੜਾ ਸਿਸਟਮ ਰੁਕਿਆ ਹੋਇਆ ਲੱਗਦਾ ਕਿ ਦੋਨੇ ਕਿਤੇ ਸਿਆਸਤੀ ਪੇਟ ਚੜ੍ਹਿਆ ਹਾਂ ਸਿਆਸਤੀ ਪੇਟ ਚੱਲ ਰਹੀ ਹੈ ਇਹ ਹਮਾਰਾ ਆਮ ਜਨਤਾ ਰਹੀ ਹੈ ਹਮਾਰਾ ਆਮ ਜਨਤਾ ਰਹੀ ਹੈ ਸਾਨੂੰ ਤਾਂ ਮੁਸ਼ਕਲ ਹੋ ਚੁੱਕਿਆ ਜਿਹੜਾ 3 ਮਹੀਨੇ ਹੋ ਗਏ ਅਸੀਂ ਗੱਡੀ ਕੱਢ ਨਹੀਂ ਸਕਦੇ ਕਿੱਥੇ ਜਾਈਏ ਅਸੀਂ ਕਿਦੀ ਕਿਦੀ ਕਿੰਨੇ ਕਿੰਨੀ ਵਾਰ ਮੰਗੀਏ ਗੱਡੀ ਜਾ ਕੇ ਕਿਸੇ ਕੋਲ ਤੁਹਾਡੇ ਸਾਹਮਣੇ ਇਹ ਦੇਖੋ ਕੀ ਹਾਲ ਹੋਇਆ ਪਾਣੀ ਇੱਧਰ ਉੱਧਰ ਸਾਰੇ ਪਾਸੇ ਕੀ ਹਾਲ ਹੋਇਆ ਹੋਇਆ ਲੱਗਦਾ ਵੀ ਕਮੇਟੀ ਬਣਨ ਤੋਂ ਬਾਅਦ ਵੀ ਕੋਈ ਜਿਹੜਾ ਨਮਾ ਕਰਾਉਂਦਾ ਵਿਕਾਸ ਨਹੀਂ ਹੋਇਆ ਨਹੀਂ ਹੋਇਆ ਇਹ ਬਿਲਕੁਲ ਨਹੀਂ ਹੋਇਆ ਇਹ 0% ਪਹਿਲਾਂ ਮਾੜਾ ਮੋਟਾ ਹੋ ਰਿਹਾ ਸੀ ਮੈਂ ਕਹਿੰਦਾ ਉਹ 0% ਹੋ ਗਿਆ ਹੁਣ ਉਹ ਵੀ ਨਹੀਂ ਹੋ ਰਿਹਾ ਇਹ ਅੱਛਾ ਹਾਂਜੀ ਲੱਗਦਾ ਕਿ ਨਵੇਂ ਐਮਸੀ ਦੀ ਕੋਈ ਉਮੀਦ ਨਹੀਂ ਕੋਈ ਉਮੀਦ ਨਹੀਂ ਹੈ ਸਾਨੂੰ 0% ਵੀ ਉਮੀਦ ਨਹੀਂ ਹੈ ਦੇਖ ਲਓ ਕੀ ਹਾਲ ਹੋਇਆ ਹੋਇਆ ਇਹ ਇੱਥੇ ਨਗਰ ਕੌਂਸਲ ਦਾ ਯੋਗੀ ਕਹਿੰਦਾ ਫਿਰ ਤੁਹਾਨੂੰ ਲਾਰਾ ਲੱਗਦਾ ਕੋ ਅੱਜ ਤੁਹਾਡੇ ਸਾਹਮਣੇ ਆਈ 3 ਮਹੀਨੇ ਤੋਂ ਜਿਹੜਾ ਨਹੀਂ ਬਣਾ ਰਿਆ ਉਹਨੂੰ ਹੁਣ ਵਾਰ-ਵਾਰ ਕੀ ਕੀ ਕਹੀਏ ਜਾ ਕੇ ਅੱਗੇ ਬਹੁਤ ਬੁਰਾ ਹਾਲ ਆਈ ਸੰਘਰਸ਼ ਕੀ ਅੱਗੇ ਕੀ ਕਰੋਗੇ ਜੇ ਤੁਹਾਡੀ ਗਲੀ ਨਹੀਂ ਬਣਦੀ ਅਸੀਂ ਰਸਤਾ ਬੰਦ ਕਰ ਦੇਣਾ ਹੀ ਇੱਥੋਂ ਹੋਰ ਕੀ ਕਰ ਸਕਦੇ ਹਾਂ ਹਾਂਜੀ ਰੋਡ ਜਾਮ ਕਰਾਂਗੇ ਉੱਥੋਂ ਬਸ ਹੋਰ ਕੀ ਕਰ ਸਕਦੇ ਅਸੀਂ ਫਿਰ ਤਾਂ ਆ ਕੇ ਦੇਖੂਗੇ ਹੀ ਹੁਣ 3 ਮਹੀਨੇ ਹੋ ਗਏ ਅਸੀਂ 15 20 ਦਿਨ ਹੋਰ ਦੇਖਣਾ ਹੀ ਦਹਾ ਹਫ਼ਤਾ ਦੇਖ ਲਾਂਗੇ ਉਸ ਤੋਂ ਬਾਅਦ ਅਸੀਂ ਉੱਥੇ ਰੋਡ ਜਾਮ ਕਰ ਦੇਣਾ ਆਪੇ ਆਣ ਕੇ ਪੁਲਿਸ ਵਾਲੇ ਖਲਵਾਨ ਜੋ ਮਰਜ਼ੀ ਕਰਨ ਹੁਣ ਅਸੀਂ ਤੰਗ ਹੋਏ ਜਿੱਦਾਂ ਸਾਨੂੰ ਤੰਗ ਕਰ ਰਹੇ ਅਸੀਂ ਲੋਕਾਂ ਨੂੰ ਤੰਗ ਕਰਾਂਗੇ ਫਿਰ ਬਿਲਕੁਲ ਤੁਸੀਂ ਦੇਖੋ ਅੱਜ ਲੋਕ ਦੁਖੀ ਨੇ ਨਵਾਂ ਗਰਾਉਂਦੇ ਪਾਵੇਂ ਗਲੀਆਂ ਨਾਲੇ ਦਾ ਮਸਲਾ ਲਈਏ ਜਾਂ ਫਿਰ ਪਾਣੀ ਦਾ ਮਸਲਾ ਲੀਏ ਸੀਵਰੇਜ ਦਾ ਮਸਲਾ ਲੈ ਲੀਏ ਹਰ ਤਰ੍ਹਾਂ ਦੇ ਨਾਲ ਲੋਕ ਇੱਥੇ ਕਿਰੇ ਹੋਏ ਨੇ ਇਹਨਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਕਮੇਟੀ ਬਣਨ ਤੋਂ ਬਾਅਦ ਵੀ ਮੁਸ਼ਕਲਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ 3 ਮਹੀਨੇ ਦੇ ਕਰੀਬ ਹੋ ਗਏ ਅਜੇ ਤੱਕ ਉਹਨਾਂ ਗਲੀ ਦਾ ਕੰਮ ਮੁਕੰਮਲ ਨਹੀਂ ਹੋਇਆ ਕਈ ਵਾਰ ਨਗਰ ਕੌਂਸਲ ਦੇ ਯੋ ਨਾਲ ਵੀ ਗੱਲਬਾਤ ਕੀਤੀ ਆ ਉਹ ਵੀ ਪੱਲਾ ਛਾੜ ਦਿੰਦਾ ਦੂਜੇ ਪਾਸੇ ਇੱਥੋਂ ਦਾ ਵਾਰਡ ਨੰਬਰ ਸੇਧਾ ਐਮਸੀ ਨੇ ਉਹਨਾਂ ਨਾਲ ਵੀ ਗੱਲ ਕੀਤੀ ਆ ਉਹ ਕਹਿੰਦਾ ਕਿ ਨਗਰ ਕੌਂਸਲ ਜਾਓ ਪਰ ਇਹ ਲੋਕ ਨੇ ਲੋਕਾਂ ਦਾ ਕਸੂਰ ਕੀ ਆ ਲੋਕ ਸੇਧਾ ਐਮਸੀ ਗੁਰਪ੍ਰੀਤ ਸਿੰਘ ਪੱਪੀ ਸਾਡੇ ਨਾਲ ਨੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਕਿ ਤੁਹਾਡੇ ਵਾਰਡ ਦੀ ਲਗਾਤਾਰ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਨੇ ਪਹਿਲਾਂ ਸੇਧੇ ਦਾ ਪਾਣੀ ਓਵਰਫਲੋ ਹੋ ਗਿਆ ਪਾਣੀ ਸਮੱਸਿਆ ਸੀ ਲੋਕਾਂ ਨੂੰ ਰੋਡ ਜਮ ਕਰਨੇ ਪਈਆਂ ਪਰ ਦੂਜੇ ਪਾਸੇ ਉਹਨੂੰ ਗੱਡੀ ਨੂੰ ਲੈ ਕੇ ਲੋਕਾਂ ਰੋਡ ਜਮ ਕਰਤਾ ਸਾਡੇ ਵਾਰਡ ਦਾ ਜਿਹੜਾ ਪ੍ਰਧਾਨ ਸਾਡੇ ਨਾਲ ਬੜੀ ਗੰਦੀ ਰਾਜਨੀਤੀ ਕਰ ਰਿਹਾ ਉਹ ਸਾਡੇ ਬਾੜ ਦਾ ਕੰਮ ਨਹੀਂ ਹੋਣ ਦੇ ਰਿਹਾ ਜਾਣ ਬੁੱਝ ਕੇ 2 ਮਹੀਨੇ ਤੋਂ ਸਾਡੇ ਉੱਥੇ ਪੈਂਪ ਪਟ ਕੇ ਛੱਡੇ ਹੋਏ ਨੇ ਠੇਕੇਦਾਰ ਨੂੰ ਫੋਨ ਕਰਦਾ ਉਹ ਕਹਿੰਦਾ ਤੁਹਾਡੀ ਰਾਜਨੀਤੀ ਗੰਦੀ ਹੈ ਤੁਹਾਡੀ ਰਾਜਨੀਤੀ ਕਰਕੇ ਮੈਂ ਕੰਮ ਨਹੀਂ ਕਰ ਰਿਹਾ ਈਓ ਨੂੰ ਫੋਨ ਕਰਦਾ ਉਹ ਕਹਿੰਦਾ ਮੈਂ ਕਰ ਰਿਹਾ ਜੀ ਕਰ ਰਿਹਾ ਜੀ ਕਰ ਰਿਹਾ ਜਦਕਿ ਕੁਝ ਨਹੀਂ ਹੋਇਆ ਜਦਕਿ ਇਹ ਕੰਮ ਹੈਗਾ ਜਿਹੜਾ ਸਾਡੀ ਪ੍ਰਧਾਨਗੀ ਮੇਰੀ ਮਿਸਿਸ ਪ੍ਰਧਾਨ ਸੀ ਉਸ ਟਾਈਮ ਦਾ ਪਾਸ ਹੋਇਆ ਹੋਇਆ ਕੰਮ ਹੈਗਾ ਤੇ ਇਹਦੇ ਵਰਕ ਆਰਡਰ ਕਟੇ ਨੂੰ ਘੱਟੋ ਘੱਟ 9 ਮਹੀਨੇ ਹੋ ਚੁੱਕੇ ਨੇ ਵਰਕ ਆਰਡਰ ਦਾ ਕਾਪੀ ਮੇਰੇ ਕੋਲ ਹੈਗੀ ਆ ਠੇਕੇਦਾਰ ਕਹਿੰਦਾ ਵੀ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਉਹ ਖੁੱਲਕੇ ਨਾਮ ਨਹੀਂ ਲੈ ਰਿਹਾ ਪਰ ਉਹ ਕਹਿੰਦਾ ਇੱਥੇ ਰਾਜਨੀਤੀ ਕਰ ਰਹੇ ਆ ਜੀ ਮੈਨੂੰ ਮੁਸ਼ਕਲ ਹੁੰਦਾ ਠੇਕੇਦਾਰ ਫਸਿਆ ਹੋਆ ਹੁੰਦਾ ਪ੍ਰਧਾਨ ਦੇ ਕੋਲ ਚੈੱਕਾਂ ਕਰਕੇ ਇਹ ਕੰਮ ਜਦ ਕਿ ਹੁਣ ਦਾ ਪਾਸ ਨਹੀਂ ਹੋਇਆ ਵਾ ਕੋਈ 2 ਮਹੀਨੇ 6 ਮਹੀਨੇ ਦਾ ਪਾਸ ਨਹੀਂ 2-3 ਸਾਲ ਦਾ ਕੰਮ ਪਾਸ ਹੋਇਆ ਵਾ ਤੇ ਘੱਟੋ ਘੱਟ 8-9 ਮਹੀਨੇ ਹੋ ਗਏ ਇਸ ਨੂੰ ਟੈਂਡਰ ਲੱਗੇ ਨੂੰ ਇਹਦੇ ਕੋਲ ਇਹਦੀ ਵਰਕ ਆਰਡਰ ਦੀ ਕਾਪੀ ਵੀ ਮੇਰੇ ਕੋਲ ਪਈ ਹੈ ਅੱਜ ਮੈਂ ਉਹ ਵੀ ਤੁਹਾਨੂੰ ਦਿਖਾ ਸਕਦਾ ਤੇ ਮੈਂ ਰਿਕਵੈਸਟ ਕਰਦਾ ਆਪਣੇ ਪ੍ਰਸ਼ਾਸਨ ਨੂੰ ਈਓ ਸਾਹਿਬ ਨੂੰ ਵੀ ਇਹ ਜਿਹੜਾ ਕੰਮ ਹੈ ਮੇਰਾ ਛੇਤੀ ਤੋਂ ਛੇਤੀ ਕਰਾ ਦਿਓ ਤਾਂ ਕਿ ਬਰਸਾਤ ਦਾ ਟਾਈਮ ਹੈ ਲੋਕਾਂ ਦੇ ਉੱਥੇ ਦਿਵਾਰਾ ਗਿਰਜਣੀਆਂ ਤੇ ਉੱਥੇ ਬਹੁਤ ਬੁਰਾ ਹਾਲ ਹੋਇਆ ਪਿਆ ਮੇਰੀ ਮਜਬੂਰੀ ਕਰਕੇ ਉੱਥੇ ਲੋਕਾਂ ਨੇ ਅੱਜ ਜਿਹੜਾ ਇਕੱਠ ਕੀਤਾ ਨੇ ਉਹ ਮੇਰੇ ਕੋਲ ਵੀ ਆਂਦੇ ਮੈਂ ਵੀ ਉਹਨਾਂ ਨੂੰ ਵਿਸ਼ਵਾਸਨ ਦੇ ਦਿੰਦਾ ਵੀ ਹਾਂ ਕੰਮ ਲਾ ਰਹੇ ਨੇ ਪਰ ਸਾਡੀ ਕੋਈ ਸੁਣਵਾਈ ਕਰ ਨਹੀਂ ਰਿਹਾ ਦੇ ਮੁਤਾਬਕ ਕੀ ਲੱਗਦਾ ਕਿ ਸਿਆਸਤ ਚੱਲ ਰਹੀ ਹੈ ਤਾਰ ਕਿੰਨੀ ਗਲੀ ਬਣ ਰਹੀ ਹੋ ਬਿਲਕੁਲ ਬਿਲਕੁਲ 101% ਸਿਆਸਤ ਚੱਲ ਰਹੀ ਹੈ ਜਿਹੜੀ ਸਾਡੀ ਗਲੀ ਹੈਗੀ ਆ ਉਹ ਸਿਆਸਤ ਦੇ ਕਾਰਨ ਜਾਣ ਬੁੱਝ ਕੇ ਪੱਟ ਕੇ ਛੱਡੀ ਹੋਈ ਹੈ ਜਦ ਕਿ ਵਰਕ ਆਰਡਰ ਕੱਟਣ ਤੋਂ ਬਾਅਦ ਇੱਕ ठेकेदार ਦੀ ਜ਼ਿੰਮੇਵਾਰੀ ਹੁੰਦੀ ਹੈ 6 ਮਹੀਨੇ ਦੇ ਵਿੱਚ ਜਾਂ 3 ਮਹੀਨੇ ਦੇ ਵਿੱਚ ਜੋ ਵੀ ਵਰਕ ਆਰਡਰ ਦੀ ਡੇਟ ਹੁੰਦੀ ਉਹਦੇ ਵਿੱਚ ਵਿੱਚ ਜਦ ਕਿ ਵਰਕ ਆਰਡਰ ਕੱਟੇ ਨੂੰ ਵੀ 8-9 ਮਹੀਨੇ ਹੋ ਚੁੱਕੇ ਨੇ ਪ੍ਰਧਾਨ ਜੀ ਕੀ ਲੱਗਦਾ ਕਿ ਧਰਮ ਤੋਂ ਵੱਡਾ ਸਿਆਸਤ ਹੈ ਕਿਉਂਕਿ ਜੇ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਉਹ ਵੀ ਗਿਰਨ ਨੂੰ ਤਿਆਰ ਬੈਠੀ ਹੈ ਕਿਉਂਕਿ ਨਜ਼ਦੀਕ ਗੰਦੇ ਨਾਲ ਪਟਿਆ ਹੋਇਆ ਉਹਨੂੰ ਦੇਖ ਕੇ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਹੁਣ ਸਿਆਸਤ ਤੋਂ ਵੱਡਾ ਧਰਮ ਬਣਨਾ ਚਾਹੀਦਾ ਪਰ ਧਰਮ ਤੋਂ ਵੱਡਾ ਸਿਆਸਤ ਬਣ ਰਹੀ ਹੈ ਇੱਥੇ ਜਿਹੜੀ ਨਵੇਂ ਗਰੋਂ ਕੀ ਹੈ ਇੱਥੇ ਦਾ ਵਾਕਈ ਹੀ ਇਹ ਜਿਹੜੇ 5-7 ਮਹੀਨੇ ਤੋਂ ਧਰਮ ਤੋਂ ਵੱਡੀ ਸਿਆਸਤ ਕੀਤੀ ਹੋਈ ਹੈ ਜਦਕਿ ਧਰਮ ਬਹੁਤ ਵੱਡਾ ਹੁੰਦਾ ਪਰ ਜਿਹੜੇ 5-7 ਮਹੀਨੇ ਤੋਂ ਨਵੇਂ ਆਪਣੇ ਚੁਣ ਕੇ ਆਏ ਹੋਏ ਨੇ ਉਹ ਕਹਿੰਦੇ ਵੀ ਅਸੀਂ ਰੱਬ ਨੇ ਅਸੀਂ ਸਾਰਾ ਕੁਝ ਹੈ ਜਦਕਿ ਰੱਬ ਦੀ ਮਾਰਦਾ ਮੈਂ ਕੁਛ ਟਾਈਮ ਦੇਖਾਂਗਾ ਨਹੀਂ ਤਾਂ ਮੈਂ ਇੰਨਾ ਉਹ ਕਰਾਂਗਾ ਵੀ ਆਪਣੇ ਖਰਚੇ ਤੋਂ ਮਹੀਨਾ 20 ਦਿਨਾਂ ਦੇ ਵਿੱਚ ਜਿਹਨਾਂ ਨੇ ਕੰਮ ਕਰਤਾ ਕੰਪਲੀਟ ਠੀਕ ਹੈ ਨਹੀਂ ਉੱਥੇ ਆਪਣੇ ਖਰਚੇ ਤੋਂ ਮੈਂ ਉਹ ਸਾਰੀ ਗਲੀ ਬਣਵਾ ਕੇ ਦਵਾਗਾ ਲੋਕ ਰੋਡ ਜਮ ਕਰਨ ਨੂੰ ਪੈਂਦੇ ਕਹਿੰਦੇ ਅਸੀਂ ਜਿਹੜੀ ਪੂਰਾ ਮੇਨ ਰੋਡ ਹੈ ਉਹ ਕਹਿੰਦੇ ਜੀਐਸਬੀ ਨਾਲ ਪਟਾ ਦੇਣਾ ਬਿਲਕੁਲ ਬਿਲਕੁਲ ਫਿਰ ਜਾਮ ਕਰਨਾ ਪੈਣਾ ਲੋਕਾਂ ਦਾ ਕੀ ਕਸੂਰ ਹੈ ਉੱਥੇ ਲੋਕਾਂ ਨੇ ਕੀ ਉੱਥੇ ਟੈਕਸ ਦੇ ਰਹੇ ਨੇ ਲੋਕ ਸਭ ਕੁਝ ਦੇ ਰਹੇ ਨੇ ਤੇ ਗਲੀ ਜਾਣ ਬੁੱਝ ਕੇ ਪਟਾਈ ਗਈ ਹੈ ਜਦਕਿ ਮਾੜਾ ਮੋਟਾ ਕੰਮ ਫਿਰ ਵੀ ਠੀਕ ਸੀ ਉਸ ਟਾਈਮ ਹੁਣ ਗਲੀ ਜਾਣ ਬੁੱਝ ਕੇ ਸਾਡੀ ਪਟਵਾ ਕੇ ਛੱਡੀ ਤਾਂ ਇਸ ਪੂਰੀ ਖਬਰ ਦਾ ਸਪਸ਼ਟ ਕਰਨ ਲਈ ਅਸੀਂ ਜਦੋਂ ਨਮਾ ਗਰਾਉਂ ਦੇ ਨਗਰ ਕੌਂਸਲ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਮੇਟੀ ਦੀ ਇੱਕ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕੀ ਕਈ ਨਵੇਂ ਫੈਸਲੇ ਲਏ ਗਏ ਨੇ ਜਿਨ੍ਹਾਂ ਦੇ ਨਾਲ ਕਿ ਜਿਹੜੇ ਰੁਕੇ ਹੋਏ ਕੰਮ ਨੇ ਉਹਨਾਂ ਦੇ ਨਵੇਂ ਸਿਰੇ ਤੋਂ ਟੈਂਡਰ ਜਿਹੜੇ ਪਾਸ ਕਰਕੇ ਉਸ ਤੋਂ ਬਾਅਦ ਗਲੀਆਂ ਦੇ ਕੰਮ ਜਿਹੜੇ ਮੁਕੰਮਲ ਕਰ ਦਿੱਤੇ ਜਾਣਗੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਗਲੀਆਂ ਦੇ ਉੱਤੇ ਜਿਹੜੀ ਵਿਰੋਧੀ ਧਿਰਾਂ ਨੇ ਸਿਆਸਤ ਕਰ ਰਹੀਆਂ ਨੇ ਉਹਨਾਂ ਨੇ ਪਹਿਲੇ ਵੀ ਰਿਹ ਪ੍ਰਧਾਨ ਉੱਤੇ ਦੋਸ਼ ਲਾਇਏ ਨੇ ਕਿ ਜਾਨਵੁੱਚ ਕੇ ਗਲੀ ਪੁੱਟੀ ਗਈ ਹੈ ਜਿਸ ਦੇ ਨਾਲ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਸਿਆਸਤ ਕਰੇ ਪਰ ਉਹਨਾਂ ਨੇ ਕਿਹਾ ਕਿ ਜਲਦੀ ਹੀ ਅਸੀਂ ਗਲੀ ਦਾ ਕੰਮ ਮੁਕੰਮਲ ਕਰਾਂਗੇ ਤੇ ਨਾਲ ਹੀ ਨਾਲ ਲੋਕਾਂ ਨੂੰ ਸੁਖ ਦਾ ਸਾਹ ਦੇਵਾਂਗੇ